ਅਸੀਂ ਅੱਜ ਵੀਡੀਓ ਬਣਾਉਣ ਲੱਗੇ ਆ ਸਾਡੀ ਹੁਣ ਕਾਲ ਦਿਨ ਚੱਲ ਜਾਂਦੀ ਸੀ ਤੇ ਬਿਜ਼ੀ ਸੀ ਥੋੜੇ ਜਿਹਾ ਸਾਡੀ ਇਹ ਜੁਈ ਡਾਊਨ ਜਾ ਰਹੀ ਹੈ ਬਿਲਕੁਲ ਲੱਗ ਰਹੀ ਹੈ ਮਤਲਬ ਮਿਲਕ ਫੀਵਰ ਹੈਗਾ ਗਾਂ ਨੂੰ ਤੇ ਮਿਲਕ ਫੀਵਰ ਉਦੋਂ ਹੁੰਦਾ ਜਦੋਂ ਗਾਂ ਨੂੰ ਮੈਗਨੀਸ਼ੀਅਮ ਦੀ ਕਮੀ ਹੁੰਦੀ ਹੈ ਤੇ ਜਦੋਂ ਇਹਦਾ ਮੈਗ ਬਲੱਡ ਮੋਬਲਾਈਜ਼ ਨਹੀਂ ਕਰਦਾ ਤੇ ਉਦੋਂ ਗਾਂ ਮਤਲਬ ਡਾਊਨ ਹੋ ਜਾਂਦੀ ਹੈ ਸਪੈਸ਼ਲੀ ਇਹ ਜਦੋਂ ਰੇਨ ਹੁੰਦੀ ਹੈ ਜਾਂ ਕਾਲਵਿੰਗ ਟਾਈਮ ਗਾਂ ਨੂੰ ਉਦੋਂ ਹੁੰਦਾ ਹੈ ਜਾਂ ਮੈਗਨੀਸ਼ੀਅਮ ਦੀ ਕਮੀ ਹੁੰਦੀ ਤਾਂ ਅਸੀਂ ਇਹਦਾ ਟ੍ਰੀਟਮੈਂਟ ਕਰਦੇ ਹਾਂ ਸਾਡੇ ਕੋਲ ਬੜਾ ਟਾਈਮ ਨਹੀਂ ਗਾ ਅਸੀਂ ਸ਼ਾਰਟ ਵੀਡੀਓ ਬਣਾਵਾਂਗੇ ਤੇ ਅਸੀਂ ਆਹ ਵਾਲਾ ਬੈਗ ਲੱਗਦਾ ਤੁਹਾਨੂੰ ਜੇ ਇੰਡੀਆ ਦੇ ਵਿੱਚ ਕਿਤੇ ਵੀ ਤੁਸੀਂ ਗਾਂ ਨੂੰ ਟ੍ਰੀਟ ਕਰਦੇ ਹੋ ਤੁਹਾਨੂੰ ਲੱਗਦਾ ਵੀ ਗਾਂ ਮਤਲਬ ਡਾਊਨ ਹੈ ਜਾਂ ਕੁਛ ਵੀ ਹੈ ਕਿਸੇ ਪ੍ਰਕਾਰ ਦਾ ਵੀ ਹੈ ਮਤਲਬ ਨਹੀਂ ਖੜੀ ਹੁੰਦੀ ਨਾ ਮੈਗਨੀਸ਼ੀਅਮ ਦੀ ਕਮੀ ਲੱਗਦੀ ਹੈ ਇਹਦੀ ਨਿਸ਼ਾਨੀ ਇਹ ਹੁੰਦੀ ਹੈ ਜਦੋਂ ਗਾਂ ਬੈਠੀ ਹੁੰਦੀ ਨਾ ਗਾਂ ਦੀ ਗਰਦਨ ਦਾ ਐਸ ਬਣਿਆ ਹੁੰਦਾ ਐਸ ਤੇ ਗਾਂ ਜੋ ਤੁਰਦੀ ਆ ਮਤਲਬ ਡਿਕਡੋਲੇ ਲੇਖਾਂ ਦੀ ਤੁਰਦੀ ਹੈ ਮਤਲਬ ਕਮਜ਼ੋਰ ਲੱਗਦੀ ਹੁੰਦੀ ਹੈ ਵੀ ਹਾਂ ਪਤਾ ਲੱਗਦਾ ਵੀ ਗਾਂ ਇਹ ਕਮਜ਼ੋਰ ਹੈ ਤੇ ਜਿਵੇਂ ਜਿਵੇਂ ਤੁਸੀਂ ਮਤਲਬ ਕੰਮ ਕਰੋਗੇ ਤੁਸੀਂ ਸਿੱਖ ਜਾਓਗੇ ਤੁਸੀਂ ਇਹ ਵਾਰ ਰੀਡ ਕਰਿਓ ਵੀ ਮਿਲਕ ਫੀਵਰ ਕੀ ਹੁੰਦਾ ਤੁਹਾਨੂੰ ਪਤਾ ਲੱਗ ਜੂਗਾ ਤੇ ਤੁਸੀਂ ਮਤਲਬ ਕਰੋਗੇ ਕਿਉਂਕਿ ਅਸੀਂ ਸਾਡੇ ਕੋਲ ਇੰਨਾ ਟਾਈਮ ਨਹੀਂ ਗਾ ਤੇ ਅਸੀਂ ਬੜਾ ਲੰਬਾ ਲੈ ਕੇ ਚੱਲੀਏ ਹੁਣ ਤੁਹਾਨੂੰ ਇਹਨੂੰ ਟ੍ਰੀਟ ਕਰਨਾ ਤੇ ਹੁਣ ਅਸੀਂ ਟ੍ਰੀਟ ਕਿੱਦਾਂ ਕਰਦੇ ਹਾਂ ਇਹਨੂੰ ਸਾਡੇ ਕੋਲ ਆਹ ਬੈਗ ਹੁੰਦਾ ਠੀਕ ਹੈ ਆਹ ਬੈਗ ਨੂੰ ਤੁਸੀਂ ਫੜ ਲਓ ਜਿਵੇਂ ਇੱਛੇ ਕਰਕੇ ਤੇ ਇਹਨੂੰ ਆਹ ਬੈਗ ਨੂੰ ਆਪਾਂ ਸਕਿਨ 'ਚ ਦੇਣਾ ਜਿਹੜਾ ਆਹ ਵਾਲਾ ਬੈਗ ਅੰਡਰ ਦਾ ਸਕਿਨ ਦੇਣਾ ਇੱਕ 'ਚ ਜ਼ਿਆਦਾ ਡਾਊਨ ਹੋਵੇ ਤਾਂ ਅਸੀਂ ਵੇਚ ਵੀ ਦਿੰਦੇ ਹੁੰਦੇ ਜਿਹੜੀ ਇੱਥੇ ਨਾੜ ਹੁੰਦੀ ਹੈ ਧੌਣ 'ਚ ਮਿਲਕ ਵੇਚ ਨਹੀਂ ਆਪਾਂ ਦੇ ਸਕਦੇ ਉਹ ਗਲਤ ਹੈ ਪਰ ਲੋਕ ਦਿੰਦੇ ਆ ਪਰ ਆਪਾਂ ਅਵੋਇਡ ਕਰਦੇ ਹਾਂ ਉਸ ਚੀਜ਼ ਨੂੰ ਤੇ ਆਪਾਂ ਕੀ ਕਰਨਾ ਹੁਣ ਤੁਸੀਂ ਦੇਖੋ ਆਹ ਨੀਡਲ ਲੈ ਕੇ ਉਹ ਚੀਜ਼ ਨੂੰ ਦੇਣਾ ਫਿਰ ਆਈ ਵਾਚ ਆਹ Nah, baby's already out, Fraser. Yeah. Yeah, this is after birth. ਇਹਨੂੰ ਤੁਸੀਂ ਕੋਈ ਜ਼ਰੂਰੀ ਨਹੀਂ ਮਤਲਬ ਤੁਸੀਂ ਹੌਲੀ ਪੁਸ਼ ਕਰਨਾ ਇਹਨੂੰ ਤੁਸੀਂ ਇੱਥੇ ਖੜ ਕੇ ਇਹਨੂੰ ਤੁਸੀਂ ਜਿੱਦਾਂ ਤੇਜ਼ ਵੀ ਪੁਸ਼ ਕਰ ਸਕਦੇ ਹੋ ਇੱਦਾਂ ਅਸੀਂ ਉਹਨੂੰ ਬੈਗ ਦਿੰਦੇ ਹਾਂ ਅਤੇ ਹੁਣ ਤੁਸੀਂ ਦੇਖ ਸਕਦੇ ਹੋ ਸਕਿਨ ਦੇ ਵਿੱਚ ਜਾ ਰਿਹਾ ਅਤੇ ਆਪਾਂ ਵੇਨ 'ਚ ਨਹੀਂ ਦਿੱਤਾ ਅਤੇ ਵੇਨ 'ਚ ਗਾਂ ਜ਼ਿਆਦਾ ਡਾਊਨ ਹੈ ਫਿਰ ਅਸੀਂ ਔਰਲ ਵੀ ਦਿੰਦੇ ਹੁੰਦੇ ਹਾਂ ਅਤੇ ਔਨ ਵਾਲਾ ਵੀ ਅਤੇ ਵੇਨ 'ਚ ਵੀ ਬੈਗ ਦੇ ਦਿੰਦੇ ਹਾਂ ਅਸੀਂ ਸਕਿਨ 'ਚ ਵੀ ਦੇ ਬਹੁਤ ਜ਼ਿਆਦਾ ਫਿਰ ਸਕਿਨ 'ਚ ਵੀ ਦੇ ਦਿੰਦੇ ਹਾਂ ਕਿਉਂਕਿ ਜਦੋਂ ਗਾਂ ਨੂੰ ਮਿਲਕ ਫੀਵਰ ਹੁੰਦਾ ਜਿੰਨੀ ਛੇਤੀ ਤੁਸੀਂ ਉਹਨੂੰ ਅਪ ਕਰੋਗੇ ਉੰਨੀ ਛੇਤੀ ਉਹਨੇ ਠੀਕ ਹੋਣਾ ਅਤੇ ਜਿੰਨਾ ਉਹ ਟਾਈਮ ਲੈਂਦੀ ਹੈ ਗਾਂ ਨੇ ਡਾਊਨ ਹੋ ਜਾਣਾ ਕਈ ਵਾਰੀ ਗਾਂ ਨੂੰ ਜ਼ਿਆਦਾ ਚਿਰ ਪਈ ਗਾਂ ਨੂੰ ਪੈਰਾਲਾਈਜ਼ਡ ਵੀ ਹੋ ਜਾਂਦਾ ਤਾਂ ਕਰਕੇ ਤੁਸੀਂ ਵਿਜ਼ੂਅਲਾਈਜ਼ ਅੱਖਾਂ ਰੱਖੋ 24 ਘੰਟੇ ਘੱਟੋ ਘੱਟ ਵੀ ਜਿਹੜੀਆਂ ਤੁਸੀਂ ਡਾਈਆਂ ਹੁੰਦੀਆਂ ਮਤਲਬ ਕਹਿ ਲਓ ਸਪ੍ਰਿੰਗਰਾਂ ਹੁੰਦੀਆਂ ਤੁਸੀਂ ਚੈੱਕ ਕਰ ਜਾਂਦੇ ਹੋ ਦਿਨ 'ਚ 4 ਜਾਂ 5 ਵਾਰੀ ਉਹਨਾਂ ਨੂੰ ਚੈੱਕ ਕਰੋ ਐਵਰੀ 4 ਆਵਰਸ ਇੱਕ ਤਾਂ ਤੁਹਾਡੇ ਵਾਸਤੇ ਈਜ਼ੀ ਹੁੰਦਾ ਈਜ਼ੀ ਤੁਹਾਡੇ ਵਾਸਤੇ ਕੀ ਹੁੰਦਾ ਕਿ ਤੁਸੀਂ ਉਹਨਾਂ ਦਾ ਰਿਕਾਰਡ ਮੇਨਟੇਨ ਕਰ ਸਕਦੇ ਹੋ ਈਜ਼ੀ ਸੌਖਾ ਨਹੀਂ ਤੁਸੀਂ ਚਾਹੋਗੇ ਸਵੇਰੇ 15 ਘੰਟੇ ਤੁਸੀਂ 4 ਘੰਟਿਆਂ ਬਾਅਦ ਚੈੱਕ ਕਰਦੇ 2 ਵਾਰੀਆਂ 3 ਲੱਗਦੀਆਂ ਤਾਂ ਸਵੇਰ ਤੁਸੀਂ ਚੱਕਣੀਆਂ ਨੰਬਰ ਪਲੇਟ ਤੋਂ ਹੁੰਦੇ ਹੁਣ ਚੱਕਣੀਆਂ ਸੌਖੀਆਂ ਹੋ ਜਾਂਦੀਆਂ ਤੁਹਾਨੂੰ ਫਿਰ ਮੱਥਾ ਬਹੁਤ ਮਾਰਨਾ ਪੈਂਦਾ ਤੁਹਾਨੂੰ ਸਾਰੀਆਂ ਗੱਲਾਂ ਦੀ ਯਾਦ ਵੀ ਹੋਣੀ ਪੈਂਦੀ ਹੈ ਕੱਲੀ ਕੱਲੀ ਗੱਲ ਚੈੱਕ ਕਰਨੀ ਪੈਂਦੀ ਵੀ ਕਿਹੜੀ ਕਾਰ ਹੋਈ ਹੈ ਕਿਹੜੀ ਨਹੀਂ ਅਤੇ ਤੁਹਾਡੇ ਕੋਲ ਨੰਬਰ ਹੈਗੇ ਆ ਤਾਂ ਇਹ ਈਜ਼ੀ ਹੈ ਪਹਿਲੇ ਤੁਸੀਂ ਦਾ ਬਈ ਕੁਛ ਆਈ ਫਰੈਂਡ ਸਾਈਡ ਵੀ ਚੇਂਜ ਕਰ ਸਕਦੇ ਹਾਂ ਗਾਂ ਦੀ ਠੀਕ ਹੈ
पाँच फुट ठीक रख दिया, एक्टिंग थोड़ी थोड़ा चेस्ट फुट ज्यादा बाहर रख दिया और ठीक रख दिया। एक ना पीछे काट के बड़ा पश करके रख दिया। अब वैसे वो होल्ड करते हुए पर थोड़ी सिक सी और ठीक हो गई है, हम थोड़ा हलचल करने लग गई है। देखिए ये क्या खड़ी चेक कर रहा हूँ, देखो मुझे करेंगे। थैंक यू वेरी मच।